सारे, उम्मीद करते हैं सारे ठीक ठाक होवोगे। ते अज आपां पहुंचे हां हरियाणे दे पिंड रुकसाणे दे विच, ते अपने नाल मौजूद ने सरदार गुरजिंदर सिंह, हां जी, ते जसविंदर सिंह, सॉरी, ते इन्हां कोल एक मतलब बड़ा ही पुराना मॉडल ट्रैक्टर, इन्हां ने मैसी अपना ईटी 375 जिहड़ा संभालिया होया, बड़ा सोहना रखिया है। ते जिवें आंदे ने ना भी ट्रैक्टर जट्टां दे जहाज हुंदे ने, भी बिल्कुल मतलब एक जहाज ही आपां इहनूं आख सकदे आ, ते बड़ी शानदार चीज़ है। ते इन्हां नाल हुण गल्लबात करने आपां, पुछने आ भी ਕਿਹੜਾ ਮਾਡਲ ਹੈ ਤੇ ਕਦੋਂ ਇਹਨਾਂ ਨੇ ਖਰੀਦਿਆ ਸੀ, ਕਿੰਨਾ ਟਾਈਮ ਇਹਨਾਂ ਨੂੰ ਚਲਾਉਂਦਿਆਂ ਨੂੰ ਹੋ ਗਿਆ। ਸਤਿ ਸ਼੍ਰੀ ਅੰਕਲ ਜੀ, ਸਵਾਗਤ ਹੈ ਜੀ ਮੇਰੇ ਚੈਨਲ ਤੁਹਾਡਾ। ਤੁਹਾਡਾ ਵੀ ਸਵਾਗਤ ਆ। ਤੇ ਕਿਹੜਾ ਮਾਡਲ ਹੈ ਜੀ ਟਰੈਕਟਰ ਤੁਹਾਡਾ ਇਹ? 86 ਮਾਡਲ ਹੈ। 86 ਮਾਡਲ, 96 ਮਾਡਲ ਸਾਜ, 96 ਮਾਡਲ। ਤੇ ਕਿੰਨਾ ਟਾਈਮ ਤੁਹਾਨੂੰ ਇਹਨੂੰ ਵਰਤਦਿਆਂ ਨੂੰ ਹੋ ਗਿਆ? ਹੋ ਗਿਆ ਨੇ ਸਾਡੇ 3 ਸਾਲ। ਅੱਛਾ ਅੱਛਾ, ਤੇ ਕਿੰਨਾ ਮਤਲਬ ਲਾ ਲਓ ਵੀ ਕੀ ਕੀਮਤ ਸੀ ਜਦੋਂ ਤੁਸੀਂ ਇਹਨੂੰ ਲਿਆਂਦਾ ਆਪਣੇ ਕੋਲ ਖਰੀਦ ਕੇ? ਹੈ 4.5 ਲੱਖ ਦਾ ਲਿਆਂਦਾ ਸੀ ਉਦੋਂ। 4.5 ਲੱਖ ਦਾ? ਤੇ ਕੀ ਤੁਸੀਂ ਇਹਦੇ ਤੇ ਇੰਪਲੀਮੈਂਟ ਯੂਜ਼ ਕਰਦੇ ਹੋ? ਸਾਰੇ ਚਲਾਈ ਦੇ ਨੇ ਜੋ ਹੁੰਦੇ ਨੇ ਆਮ, ਆਪਣਾ ਹੈਰੋ ਟਿਲਰ ਵਗੈਰਾ, ਹਾਂ, ਸੁਪਰ ਸੀਡਰ, ਰੀਪਰ। ਕਿਵੇਂ ਦੀ ਮਤਲਬ ਤੇਲ ਦੀ ਐਵਰੇਜ ਵਗੈਰਾ ਕਿਵੇਂ ਦੀ ਦਿੰਦਾ? ਵਾਈ ਜੀ ਦਿੰਦਾ 2 ਲੀਟਰ ਦੀ ਐਵਰੇਜ। ਅੱਛਾ ਅੱਛਾ, ਟਿਲਰ ਤੇ ਦੋ ਥੋੜਾ ਘੱਟ ਖਾ ਲੈਂਦਾ ਹੈ, ਹੈਰੋ ਤੇ ਮਤਲਬ ਲਾ ਲਓ ਵੀ 2 ਲੀਟਰ ਦੀ ਐਵਰੇਜ ਦਿੰਦਾ। ਠੀਕ ਹੈ ਠੀਕ ਹੈ, ਤੇ ਬੜਾ ਹੀ ਮਤਲਬ ਲਾ ਲਓ ਵੀ ਵਧੀਆ ਵੇਖਣ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਪਿਆ। ਇਹਨਾਂ ਨੂੰ 3-4 ਸਾਲ ਹੋ ਗਏ ਨੇ ਵਰਤਦਿਆਂ ਨੂੰ ਟਰੈਕਟਰ ਨੂੰ, ਤੇ ਹਲੇ ਤੀਕਰਾ ਮਤਲਬ ਸਾਰਾ ਜੈਨੂਇਨ ਹੀ ਹੈ, ਜਿੰਨਾ ਵੀ ਹੈ ਤੁਸੀਂ ਕੋਈ ਚੇਂਜ ਚੂੰਜ ਨਹੀਂ ਕਰਾਇਆ ਵੀ? ਰੰਗ ਰੁੰਗ ਜਿਵੇਂ ਤੁਸੀਂ ਵੇਖ ਲਓ ਵੀ ਟਰੈਕਟਰ ਦਾ ਸਾਰਾ ਸਿਸਟਮ A to Z ਅਜੇ ਤੀਕਰ ਨਾਲ ਦਾ ਹੀ ਹੈ, ਵੀ ਕੋਈ ਵੀ ਇਹਨਾਂ ਨੇ ਚੇਂਜ ਨਹੀਂ ਕਰਾਇਆ। ਤੇ 75 ਹਾਊਸ ਪਾਵਰ ਦੇ ਵਿੱਚ ਇੰਜਣ ਹੈ ਇਹਦਾ, ਤੇ 4 ਸਿਲੰਡਰ ਇੰਜਣ ਹੈ, ਤੇ ਪੈਰਕਨਸ ਕੰਪਨੀ ਦਾ ਇਹਦੇ ਵਿੱਚ ਮਤਲਬ ਲਾ ਲਓ ਵੀ ਇੰਜਣ ਕੰਪਨੀ ਜਿਹੜਾ ਲਾ ਕੇ ਦਿੰਦੀ ਸੀ ਪਰਲੀ ਸਾਈਡ। ਮੈਂ ਸਟੈਂਪ ਵੀ ਵੇਖੀ ਇਹਦੇ ਲੱਗੀ ਹੋਈ ਇੰਜਣ ਦੀ, ਮੈਂ ਤੁਹਾਨੂੰ ਵਿਖਾ ਵੀ ਦਿੰਦਾ ਵਾਂ ਇੱਕ ਵਾਰ। ਇੱਧਰ ਵੇਖੋ ਆ ਪੈਰਕਨਸ ਦੀ ਜਿਹੜੀ ਹੈ ਮਤਲਬ ਲਾ ਲਓ ਵੀ ਮੋਰ ਕੰਪਨੀ ਨੇ ਲਾਈ ਹੈ, ਤੇ ਬੜਾ ਵਧੀਆ। ਤੇ ਜੇ ਵੇਖੀਏ ਆਪਾਂ ਤੇ ਇੱਧਰ ਆਪਣਾ ਸਿਸਟਮ ਦਿੱਤਾ ਇਹਦੇ ਵਿੱਚ, ਆਪਣਾ ਇਹ ਤੇਲ ਪਾਉਣ ਲਈ ਸਟੀਅਰਿੰਗ ਵਾਲਾ ਜਿਹੜਾ ਆਪਣਾ ਇੱਕ ਸਾਈਡ ਤੇ ਆ ਜਾਂਦਾ ਫਿਲਟਰ, ਤੇ ਨਾਲ ਹੀ ਆ ਜਾਂਦਾ ਆਪਣੇ ਵਾਟਰ ਸਪਰੇਟਰ, ਤੇ ਬੜਾ ਤਕੜਾ ਜਿਹਾ ਲੱਗਦਾ ਵੇਖਣ ਨੂੰ ਵੀ। ਮਤਲਬ ਆਪਣੇ ਹੁਣ ਇੰਡੀਆ ਦੇ ਵਿੱਚ ਇਹ ਨਹੀਂ ਆਉਂਦੇ, ਤੇ ਹੁਣ ਜੇ ਨਵਾਂ ਮੇਰੇ ਹਿਸਾਬ ਨਾਲ ਪਾਕਿਸਤਾਨ 'ਚ ਹੀ ਆਉਂਦਾ ਟਰੈਕਟਰ, ਤੇ ਇਹਨਾਂ ਨੇ ਵੀ ਮਤਲਬ ਲਾ ਲਓ ਵੀ ਜਿੱਥੋਂ ਵੀ ਪਹਿਲਾਂ ਜਿਹਦੇ ਕੋਲ ਵੀ ਹੈ ਸੀ UP ਤੋਂ ਲੈ ਕੇ ਆਏ ਨੇ, ਤੇ ਉਹਨਾਂ ਨੇ ਵੀ ਕਿਧਰੋਂ ਬਾਹਰੋਂ ਐਕਸਪੋਰਟ ਵਗੈਰਾ ਕਰਾਇਆ ਸੀ ਇਹਦੇ 'ਤੇ, ਇਹਦੀਆਂ ਪਲੇਟ ਵੀ ਲੱਗੀ ਹੋਈ ਹੈ, ਪਰ ਜ਼ਿਆਦਾ ਕੁਛ ਵੇਖਣ ਨੂੰ ਇਹਦੇ 'ਤੇ ਨਹੀਂ ਆਪਾਂ ਨੂੰ ਮਿਲਦਾ, ਅਤੇ ਕੋਈ ਮਾਰਕਿੰਗ ਵਗੈਰਾ ਮਤਲਬ ਨਹੀਂ ਦਿੱਤੀ। ਅਤੇ ਬ੍ਰੇਕਾਂ ਦਾ ਮੈਕਨਿਜ਼ਮ ਜਿਹੜਾ ਵੇਖ ਲਓ ਹੁਣ ਵਾਲੇ ਟਰੈਕਟਰ ਨਾਲੋਂ ਕਿੰਨਾ ਅੱਡੇ ਪੈਡਲ ਅਲੱਗ ਜਿਹੇ ਟਾਈਪ ਦੇ ਦਿੱਤੇ ਨੇ, ਰੇਸ ਵਾਲਾ ਪੈਡਲ, ਚਲੋ ਇਹ ਅੱਜ ਕੱਲ੍ਹ ਵੀ ਟਰੈਕਟਰ ਦੇ ਲੋਕ ਲਾ ਹੀ ਲੈਂਦੇ ਨੇ। ਅਤੇ ਡਿਫਰੈਂਸ਼ੀਅਰ ਦਾ ਜਿਹੜਾ ਇਹਦਾ ਮੈਕਨਿਜ਼ਮ ਹੈ ਨਾ, ਇਹਨੂੰ ਆਪਾਂ ਵੇਖੋ ਆਮ ਜਿਵੇਂ ਟਰੈਕਟਰਾਂ ਦੇ ਪਿਛਲੇ ਪਾਸੇ ਨਾ ਕਿੱਲੀ ਲਾਈ ਹੁੰਦੀ ਹੈ, ਵੀ ਇਹਨੂੰ ਆਪਾਂ ਪ੍ਰੈਸ ਕਰਨੇ ਆ ਤਾਂ ਪਿਛਲੇ ਪਾਸੇ ਕਿੱਲੀ ਅੰਦਰ ਜਾਂਦੀ, ਪਰ ਇਹਦਾ ਜੇ ਆਪਾਂ ਇੱਥੋਂ ਦੱਬਣੇ ਆ ਨਾ, ਅਤੇ ਇਹਦੀ ਜਿਹੜੀ ਉਹ ਤੁਹਾਨੂੰ ਦਿਸਦਾ ਹੋਏਗਾ ਪਿੱਛੇ, ਇਹਨੂੰ ਦੱਬਣੇ ਆ, ਅਤੇ ਇੱਕ ਹੀ ਇਹਦੇ ਨਾਲ ਹੀ ਜੁਆਇੰਟ ਹੈ ਸਿਸਟਮ, ਮਤਲਬ ਲਾ ਲਓ ਵੀ ਉਹ ਅਲੱਗ ਕੁਛ ਵੀ ਨਹੀਂ ਲਾਇਆ। ਤਾਂ ਇੱਧਰ ਦਾ ਮੇਰੇ ਹਿਸਾਬ ਨਾਲ ਲਿਫਟ ਵਾਲਾ ਕੋਈ ਸਿਸਟਮ ਆ ਜਾਂਦਾ, ਵੀ ਜਿਵੇਂ ਲਿਫਟ ਦਾ ਘੱਟ ਵੱਧ ਉਹਦੀ ਕਪੈਸਿਟੀ ਘਟਾਉਣ ਦਾ ਵੀ ਸਿਸਟਮ ਦਿੱਤਾ ਹੈ, ਅਤੇ ਬੜਾ ਵਧੀਆ। ਜੇ ਟਾਇਰ ਵੇਖ ਲਓ ਮਤਲਬ ਕਿੰਨੇ ਵੱਡੀ ਵੱਡੇ ਕੰਪਨੀ ਲਾ ਕੇ ਦਿੰਦੀ, 18x30 ਦੇ ਟਾਇਰ ਨੇ, 4 ਪਲੇਟਾਂ ਵੇਟ ਦੀਆਂ ਵਿੱਚ ਲੱਗੀਆਂ ਹੁੰਦੀਆਂ ਨੇ। ਅਤੇ ਇੱਕ ਹੋਰ ਚੀਜ਼ ਮੈਂ ਇਹਦੇ 'ਚ ਵੇਖੀਏ, ਇਹਦੇ 'ਚ ਜਿਹੜੀ ਰਿਮ ਦੀ ਸਪੋਰਟ ਹੈ ਨਾ, ਤੁਸੀਂ ਸਪੋਰਟ ਵੇਖੋ ਕੰਪਨੀ ਨੇ ਕਿੱਡੀ ਮਤਲਬ ਲਾ ਲਓ ਵੀ ਅੰਦਰਲੀ ਸਾਈਡ, ਮੈਂ ਤੁਹਾਨੂੰ ਵਿਖਾਉਂਦਾ ਵਾਂ ਇੱਧਰੋਂ, ਇੱਧਰੋਂ ਸਹੀ ਆਪਾਂ ਨੂੰ ਦਿਸਣ 'ਚ ਮਿਲੇਗੀ। ਅਤੇ ਜਿਵੇਂ ਹੈਵੀ ਕਾਫੀ ਵੇਟ ਲੱਗਾ ਹੈ, ਅਤੇ ਕਿੱਡਾ ਮੋਟਾ ਮਤਲਬ ਪਟਾ ਕੰਪਨੀ ਨੇ ਵਿੱਚ ਲਾਇਆ ਕੱਟ ਕੇ ਇਹਦੇ, ਵੀ ਜਿਵੇਂ ਲਾ ਲਓ ਆਪਾਂ ਨੂੰ ਕੋਈ ਦਿੱਕਤ ਨਾ ਆਵੇ, ਵੀ ਰਿਮ ਵਗੈਰਾ ਬੈਂਡ ਹੋਣ ਦੀ ਗੱਲ ਨਾ ਕਰੇ। ਪਿਛਲਾ ਹਿੱਸਾ ਡਬਲ ਹੁੱਕ ਦੇ ਨਾਲ ਹੁੰਦਾ, ਵੀ ਇਹ ਵੀ ਨਾਲ ਹੀ ਆਈਆਂ ਨੇ। ਜਿਹੜਾ ਹੱਥ ਲੜਾ ਸਿਸਟਮ ਹੈ ਆਪਾਂ ਵੇਖਦੇ ਪਏ ਹਾਂ, ਇਹ ਵੀ ਮਤਲਬ ਨਾਲ ਹੀ ਲੱਗ ਕੇ ਆਇਆ, ਬੜਾ ਹੈਵੀ ਬਣਿਆ। ਇਹ ਵੀ ਜਿਵੇਂ ਟਰਾਲੀ ਵਗੈਰਾ ਕੁਛ ਵੀ ਇਹਦੇ 'ਚ ਆਪਾਂ 'ਚ ਪਾ ਲੈਂਦੇ ਹਾਂ, ਤਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ। ਲਿਫਟ ਕਪੈਸਿਟੀ ਘੱਟ ਤੋਂ ਘੱਟ ਇਹਦੀ ਮਤਲਬ 3000 kg ਪਲੱਸ ਹੋਏਗੀ, ਐਗਜੈਕਟ ਤਾਂ ਆਪਾਂ ਨੂੰ ਪਤਾ ਨਹੀਂ, ਪਰ ਜਿੰਨਾ ਕੁ ਪਤਾ ਉਨਾ ਕੁ ਮੈਂ ਤੁਹਾਨੂੰ ਦੱਸ ਦਿੰਦਾ ਵਾਂ। ਡਬਲ ਇਹਦੇ ਵਿੱਚ ਵੇਖ ਲਓ, ਉਸ ਟਾਈਮ ਦੇ ਵਿੱਚ ਵੀ 96 ਮਾਡਲ 'ਚ ਵੀ ਦੋਵਾਂ ਪਾਸੇ ਇਹਦਾ ਜੈੱਕ ਹੁੰਦਾ ਹੁੰਦਾ ਸੀ, ਜਿਹੜਾ ਆਪਣਾ ਲਿਫਟ ਐਡਜਸਟ ਕਰਨ ਵਾਲਾ ਹੁੰਦਾ ਸੀ। ਹੁੱਡ ਵੀ ਇਹਦਾ ਕੰਪਨੀ ਵਾਲਾ ਜਿਹੜਾ ਨਾ ਨਾਲ ਹੀ ਲੱਗ ਕੇ ਹੁੰਦਾ ਸੀ। ਕਿੰਨਾ ਜ਼ਿਆਦਾ ਹੈਵੀ ਲੱਗਾ ਮਤਲਬ ਇਹਨੂੰ, ਜੇ ਆਪਾਂ ਮਾਰ ਕੇ ਵੇਖੀਏ ਤਾਂ ਕੋਈ ਖੜਕਣ ਖੁੜਕਣ ਵਾਲਾ ਸਿਸਟਮ ਹੈ ਨਹੀਂ, ਮਰਗਾੜ ਵਗੈਰਾ ਵੀ ਅਜੇ ਮਤਲਬ ਕਿਧਰੇ ਵੀ ਟਰੈਕਟਰ ਦੇ ਵਿੱਚ ਕੋਈ ਗਲਿਆ ਨਹੀਂ, ਕਿਧਰੋਂ ਕੁਛ ਨਹੀਂ ਹੋਇਆ, ਮਤਲਬ ਉਵੇਂ ਦਾ ਉਵੇਂ ਵੇ। ਵੀ ਪੁਰਾਣਾ ਲੋਹਾ ਲਾ ਲਓ ਜਾਂ ਕੁਛ ਵੀ ਲਾ ਲਓ, ਵੀ ਕੰਪਨੀਆਂ ਬੜਾ ਜ਼ਿਆਦਾ ਹੈਵੀ ਬਣਾਉਂਦੀਆਂ ਹਨ। ਅਤੇ ਇੱਧਰ ਆਪਣੇ ਇਹਦਾ ਜਿਹੜਾ ਡੀਜ਼ਲ ਪੰਪ ਆ ਜਾਂਦਾ, ਇੰਜਨ ਆਇਲ ਆਪਣਾ ਇੱਧਰ ਆ ਜਾਂਦਾ ਇਹਦਾ ਪੈਨ ਵਾਲਾ, ਅਤੇ ਇੱਕ ਇਹ ਵੀ ਇਹਦੇ ਆਪਣਾ ਡੀਜ਼ਲ ਵਾਲੇ ਫਿਲਟਰ ਹੀ ਨੇ, ਅਤੇ ਪਰਲੇ ਪਾਸੇ ਵੀ ਲੱਗੇ ਨੇ, ਮਤਲਬ 4 ਫਿਲਟਰ ਇਹਦੇ ਵਿੱਚ ਆਉਂਦੇ ਨੇ ਡੀਜ਼ਲ ਵਾਲੇ। ਅਤੇ ਹੁਣ ਜਿਵੇਂ ਆਮ ਟਰੈਕਟਰਾਂ 'ਚ 2 ਹੀ ਹੁੰਦੇ ਨੇ, 2 ਇਹਦੇ ਇਸ ਸਾਈਡ ਲੱਗੇ ਨੇ ਫਿਲਟਰ, ਅਤੇ 2 ਇਹਦੇ ਪਰਲੀ ਸਾਈਡ ਮਤਲਬ ਇੱਧਰ ਜਿੱਧਰ ਵਾਟਰ ਸਪਰੇਟਰ ਇਹਦਾ ਲੱਗਾ, 2 ਇੱਥੇ ਵੀ ਲੱਗੇ ਹੋਏ ਨੇ। ਵੀ ਜਿਵੇਂ ਲਾ ਲਓ ਵੀ
अंदर गंदा तेल ना जाए या जिवें तेल दे विच पानी ना जाए भी इंजन नूं कोई नुकसान ना होवे उहदे नाल। ते बड़ा ज़्यादा हैवी बनाया ट्रैक्टर, वेखण च वी बड़ा वड्डा हारा लगता है। तो उत्तों वी तुहानूं एकड़ी दे मीटर मूटर वी मैं तुहानूं विखाउंदा वां वी किवें दे लगदे ने वेखण च। उपर बह के भी ना बंदे नूं बड़ा मतलब खुला जिहा फील हुंदा है, जिवें शो वगैरह बड़ी सोहणी दिसदी उत्तों। तो इधर ये जिहड़े ने अपने मीटर मूटर सारे आ जाते हैं स्टार्टिंग वगैरह वाले, तो स्टार्ट करके भी आप एक बहने स्टार्टिंग कैमें दी ट्रैक्टर की। माड़े जो सारा कुछ तैयार हो जाता स्टार्ट हो जाता, तो आवाज वेख लो अजे भी मतलब क्लीयर की पई है भी सारा सिस्टम यहाँ नाल का ही है, कुछ भी इन्होंने बेच दे चेंज नहीं कराया। हूँ जिमें अजक डाउनसलिंग वगैरह छतड़ियाँ चल पे तो यदिया नाल दी लगी आई, उदो ही वेख लो भी कंपनी ने फाइबर जी बेच ला के दिती है सिस्टम सारा नाल ए टू जैड। भी आप कह सकते हैं भी इन्ने साल बाद फिर उही रिवाज दोबारा चलते हैं भाई। इधर यदा क्लच आ गया दबन वाला, तो लिफ्ट वाले जड़े ने लीवर वगैरह इधर आ जाते हैं, तो उधर अंकल वाली वीडियो महेंद्र ने मेरिया पुरानिया चला के जड़िया पहला बनिया हुई बैटरी बॉक्स एक साइड से आ जाता, तो डबल प्रैशर के ही मतलब ला लो भी डबल जैक च ही आता जरा स्टेयरिंग आता, जिम्मे अजक कई जोडियर हो गए ऑनलैंड हो गए वो सिंगल ही देंगे पर ये वेख लो भी डबल ही आया है वो। तो पीटीओ पावर भी घट तो घट अंकल जिम्मे दसते पे हैं भी एग्जैक्ट तो उन्होंने नहीं पता पर घट तो घट आते हैं भी ये मतलब ला लो भी 65 हॉर्स पावर तो उत्ते उत्ते मतलब जी पावर आप देता है 70 के नेड़े तेड़े होगी घट तो घट। अगे आ सिस्टम लाया हुआ यदा टोचन वगैरह लिए ये भी बड़ा हैवी लगा जिमें वेट वगैरह ये नहीं सिस्टम लाने लिए नहीं दिता हुआ, तो अगे लाइटा वगैरह इवें कुछ वेखन मिल जाए। एयर क्लीनर का जो बाहर ही आता है बड़ा वधिया कंपना मतलब तैयार किया ट्रैक्टर ओल्ड स्कूल जहाँ ट्रैक्टर है, जिमें अजक मतलब मेरे हिसाब न मैं तो पहली बार वेखे बाकी हो जरूर हरियाणे पंजाब पर हो बहुत घट एवें तो कुछ अपन यदा सारी लुक जी ट्रैक्टर की एवें वेखन मिल जाती है। 375 ET की 75 पावर का ट्रैक्टर है जी ये। तो क्लच ये क्लच वाला पैडल मैं तुम्हें उत्तों विखाया भी एक साइड से आते भी डबल क्लच है इतों ही मतलब कोई इंडिपेंडेंट क्लच को नहीं कहते जिमें एक इतों ही ओपरेट हों जो पीटीओ वगैरह वाला सिस्टम भी है सारा। तो हैंड ब्रेक का मैकेनिज्म ना हूँ देन लगियां ने कंपनियां आया नवे ट्रैक्टर के एक साइड तो ला के देंगे जिमें एवं फसल वाली, तो ये 1996 मॉडल के वेख लो तुम भी मतलब ये चीज़ ला के आँदी ही। गेयर ये 4 फॉरवर्ड तो एक रिवर्स के नाल हाई लो च आ जाने, यानी कि 8 फॉरवर्ड हो गए तो 2 रिवर्स से आ जाते हैं नाल बड़ा वधिया एन शो वगैरह भी मतलब ला लो भी अजे तक जिमें जो तो लैके आए हैं कड़ी चला के तो बिल्कुल कोई खड़का खुड़का नहीं ही ट्रैक्टर का बड़ा वधिया मतलब तैयार किया। तो यही से सारिया डिटेल्स यदिया मैसी 375 ET दी जिहड़ियां मैं तुहानूं अज दित्तियां ने वीडियो च, ते वीडियो तुहानूं किवें दी लगी है कमेंट करके जरूर दस्सिया। अगे होर भी असीं पुरानियां पुरानियां चीज़ां दी वीडियो तुहाडे लई लै के आंदे रहांगे, ते एवें दीआं वीडियो वेखण नूं मेरे चैनल नूं सबसक्राइब कर लो ते वीडियो नूं वध तों वध शेयर करदे करो। ठीक है जी, मिलदे आपां अगली अगली वीडियो च।